शमशेर सिंह वीर जी, वाहेगुरु जी का खालसा, वाहेगुरु जी की फतेह। बचपन तो हर सिख बच्चे नू बाणी पढ़न ते बाणी कंठ करन ते जोर दिता जांदा है। ते गुरुद्वारे जाके सेवा करना, गुरुद्वारे दी झाड़ू लगाना, भांड्यां दी सेवा करनी, जोड़ियां दी सेवा करनी ही सेवा समझाई जांदी है। आई एम श्योर बचपन विच तुहाडे पेरेंट्स ने भी बाणी पढ़न ते कंठ करन दे उत्ते ते सेवा दे यही मायने आप जी नू समझाए होणगे। ਤੁਹਾਡੇ ਮਨ ਦੇ ਅੰਦਰ ਕਿਹੋ ਜਿਹੇ ਵਲਵਲੇ ਆਉਂਦੇ ਸੀਗੇ ਬਾਣੀ ਪੜ੍ਹਦਿਆਂ, ਜਾਂ ਕਿਹੋ ਜਿਹੀਆਂ ਚੀਜ਼ਾਂ ਤੁਹਾਡੇ ਮਨ ਨੂੰ ਪ੍ਰਭਾਵਿਤ ਕੀਤੀਆਂ ਜਿਹਦੇ ਕਰਕੇ ਪ੍ਰਭ ਆਸਰਾ ਲਵਾਰਸਾਂ ਲਈ ਕਾਰਜ ਸੰਸਥਾ ਹੋਂਦ ਵਿੱਚ ਆਈ? ਹਾਂਜੀ, ਬਹੁਤ ਬਹੁਤ ਹੀ ਵਧੀਆ ਆਪ ਦਾ ਸਵਾਲ ਹੈਗਾ ਅਤੇ ਬਿਲਕੁਲ ਇੱਦਾਂ ਹੀ ਹੋਇਆ। ਪੇਰੈਂਟਸ ਵੱਲੋਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕਿਹਾ ਗਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਣਾ, ਬਾਣੀ ਪੜ੍ਹਨੀ। ਅਤੇ ਦਾਸ ਨੇ ਉਸ ਵੇਲੇ ਪੇਰੈਂਟਸ ਦੀ ਮਾਤਾ ਜੀ ਬਾਰ ਬਾਰ ਸਟ੍ਰੈਸ ਦਿੰਦੇ ਸੀ ਇਸ ਗੱਲ 'ਤੇ, ਅਤੇ ਮੰਨ ਕੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ। ਜਿਉਂ ਜਿਉਂ ਗੁਰੂ ਦੀ ਸੰਗਤ ਦੇ ਵਿੱਚ ਗਏ, ਗੁਰਬਾਣੀ ਨੂੰ ਪੜ੍ਹਿਆ, ਅਤੇ ਗੁਰਬਾਣੀ ਦੇ ਵਿੱਚੋਂ ਜੋ ਸਾਨੂੰ ਸੁਨੇਹਾ ਮਤਲਬ ਦਿੱਤਾ ਜਾ ਰਿਹਾ ਹੈ, ਉਸ 'ਤੇ ਮੈਂ ਜਦੋਂ ਕੰਸਨਟਰੇਟ ਕੀਤਾ ਕਿ ਗੁਰਬਾਣੀ ਕਹਿੰਦੀ ਕੀ ਹੈ, ਸਾਨੂੰ ਜੋ ਅਸੀਂ ਪੜ੍ਹ ਰਹੇ ਹਾਂ ਉਹ ਕੀ ਹੈ। ਜਿਵੇਂ ਸਕੂਲ ਦੇ ਵਿੱਚ ਪੜ੍ਹਦੇ ਸੀ ਅਤੇ ਉਸ ਨੂੰ ਜਦੋਂ ਸਮਝ ਕੇ ਅਸੀਂ ਜੇ ਟੀਚਰ ਨੂੰ ਆਂਸਰ ਕਰਦੇ ਸੀ ਜਾਂ ਉੱਦਾਂ ਕੰਮ ਕਰਦੇ ਸੀ ਅਤੇ ਟੀਚਰ ਜਿਹੜਾ ਸੀ ਸਾਨੂੰ ਐਪਰੀਸ਼ੀਏਟ ਵੀ ਕਰਦਾ ਸੀ, ਅਗਲੀ ਕਲਾਸ ਵਿੱਚ ਵੀ ਪ੍ਰਮੋਟ ਕਰਦਾ ਸੀ। ਅਤੇ ਜਦੋਂ ਗੁਰਬਾਣੀ ਨੂੰ ਇਸ ਢੰਗ ਦੇ ਨਾਲ ਸੁਣਿਆ ਗਿਆ, ਗੁਰਬਾਣੀ ਦੇ ਵਿੱਚੋਂ ਜੋ ਸੁਨੇਹਾ ਮਿਲਿਆ ਕਿ ਪਰਮਾਤਮਾ ਇੱਕ ਸ਼ਕਤੀ, ਇਸ ਯੂਨੀਵਰਸ ਨੂੰ ਬਣਾਉਣ ਵਾਲੀ ਇੱਕੋ ਇੱਕ ਸ਼ਕਤੀ ਹੈ, ਇੱਕ ਓਂਕਾਰ, ਬਣਾਉਣ ਵਾਲਾ ਮਾਲਕ ਇੱਕ ਹੈ, ਪਾਲਣ ਵਾਲਾ ਮਾਲਕ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀਦਾ, ਕਿ ਸਾਰੇ ਜੀਆਂ ਦਾ ਦਾਤਾ ਇੱਕ ਪਰਮਾਤਮਾ ਜਿਹੜਾ ਹੈਗਾ ਉਹ ਨਾ ਵਿਸਰ ਜਾਵੇ। ਅਤੇ ਗੁਰਬਾਣੀ ਵਾਰ ਵਾਰ ਜਦੋਂ ਪੜ੍ਹਨੀ, ਗੁਰੂ ਮਹਾਰਾਜ ਸਾਨੂੰ ਵਾਰ ਵਾਰ ਉਹਦੇ ਵਿੱਚ ਸਮਝਾਉਂਦੇ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰ ਗੁਰੂ ਘਰ ਦੇ ਵਿੱਚ ਚਲੇ ਜਾਣਾ, ਗੁਰਬਾਣੀ ਚੱਲ ਰਹੀ ਹੈ ਉੱਥੇ, ਸਹਿਜ ਪਾਠ ਚੱਲ ਰਿਹਾ ਉੱਥੇ, ਅਖੰਡ ਪਾਠ ਸਾਹਿਬ ਚੱਲ ਰਿਹਾ, ਤਾਂ ਉਸਦੇ ਵਿੱਚ ਬਹੁਤ ਸਾਰੇ ਮੈਸੇਜ ਜਦੋਂ ਵਾਰ ਵਾਰ ਮਨ ਨੂੰ ਪ੍ਰਭਾਵਿਤ ਕਰਦੇ, ਗੁਰਬਾਣੀ 'ਚ ਜਦੋਂ ਸੁਣਨ ਨੂੰ ਮਿਲਦਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਅਤੇ ਮਨ ਨੇ ਵਾਰ ਵਾਰ ਸੋਚਣਾ ਵੀ ਇਹ ਜੱਗ ਉਸ ਪਰਮਾਤਮਾ ਦੀ ਕੋਠੜੀ ਹੈ, ਉਸ ਪਰਮਾਤਮਾ ਦਾ ਘਰ ਹੈ। ਫਿਰ ਗੁਰਬਾਣੀ ਦੇ ਵਿੱਚੋਂ ਮੈਸੇਜ ਵਾਰ ਵਾਰ ਆਉਣੇ, ਜੇਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਾ। ਗੁਰਬਾਣੀ ਦੇ ਵਿੱਚੋਂ ਮੈਸੇਜ ਆਉਣਾ, ਵੱਲੇ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਮਤਲਬ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸੁਣ ਕੇ ਜਦੋਂ ਵਿਚਾਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਹ ਬਿਲਕੁਲ ਰਿਲਾਈਜ਼ ਹੋਇਆ ਕਿ ਸਾਨੂੰ ਬਣਾਉਣ ਵਾਲਾ ਇੱਕ ਪਰਮਾਤਮਾ ਹੈ, ਅਸੀਂ ਸਭ ਇੱਕ ਪਰਿਵਾਰ ਹਾਂ। ਫਿਰ ਇਸ ਦੇ ਵਿੱਚ ਗੁਰੂ ਮਹਾਰਾਜ ਵਾਰ ਵਾਰ ਗੱਲ ਹੁਕਮ ਨੂੰ ਮੰਨਣ ਦੀ ਕਹਿੰਦੇ ਆ, ਕਹਿੰਦੇ ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵੇਂ ਹਰ ਹਰ ਹੁਕਮ ਬਣੇ। ਫਿਰ ਉੱਥੇ ਮੈਂ ਆਪਣੇ ਆਪ ਨੂੰ ਖੜ੍ਹਾ ਕਰਕੇ ਦੇਖਦਾ ਸੀ ਵੀ ਗੁਰੂ ਸਾਹਿਬ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵੇਂ ਹਰ ਹਰ ਹੁਕਮ ਬਣੇ। ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਵਾਰ ਵਾਰ ਇਹਦੇ ਵਿੱਚ ਇਹ ਮੈਸੇਜ ਮਨ ਨੂੰ ਰਿਸੀਵ ਹੋ ਰਿਹਾ ਸੀ ਕਿ ਗਾਇਆ ਹੋਇਆ ਅਤੇ ਸੁਣਿਆ ਹੋਇਆ ਉਦੋਂ ਹੀ ਥਾਂ ਪੈਣਾ ਹੈ, ਉਦੋਂ ਹੀ ਲੇਖੇ ਵਿੱਚ ਲੱਗਣਾ ਹੈ, ਮੀਨਿੰਗਫੁੱਲ ਹੋਣਾ ਹੈ, ਜਦੋਂ ਗਾਇਆ ਸੁਣਿਆ ਮੰਨ ਲਿਆ ਗਿਆ। ਗੁਰਬਾਣੀ ਸਾਨੂੰ ਵਾਰ ਵਾਰ ਇਹ ਸ਼ਬਦ ਸੁਣਨ ਨੂੰ ਮਿਲਦੇ ਹੈ, ਗਾਵੀਐ ਸੁਣਿਐ ਮਨ ਰੱਖੀਐ ਭਾਓ, ਜੋ ਗਾਇਆ ਜਾ ਰਿਹਾ, ਜੋ ਸੁਣਿਆ ਜਾ ਰਿਹਾ, ਉਹ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹੈ, ਪਰਮਾਤਮਾ ਦੇ ਗੁਣ ਹੀ ਗੁਰਬਾਣੀ ਸੁਣੇ ਜਾ ਰਹੇ ਹੈ। ਫਿਰ ਸਾਡਾ ਗੁਣਾਂ ਨੂੰ ਪਰਮੇਸ਼ਰ ਦੇ ਸੁਣ ਕੇ ਮਨ ਦੇ ਵਿੱਚ ਭਾਉ ਜਿਹੜਾ ਹੈਗਾ, ਜੇਕਰ ਉਹ ਪੈ ਜਾਵੇ, ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਕਰਕੇ ਮਹਾਰਾਜ ਵਾਰ ਵਾਰ ਹੁਕਮ ਮੰਨਣ ਦੀ ਗੱਲ ਕਰਦੇ ਹਾਂ, ਹੁਕਮ ਮੰਨਿਆ ਹੋਊਗਾ ਪ੍ਰਵਾਨ ਤਾਂ ਖਸਮ ਕਮਾਇਲ ਪਾਏ ਸੀ। ਮਤਲਬ ਫਿਰ ਸੰਸਾਰ ਇੱਕ ਪਰਿਵਾਰ ਮਹਿਸੂਸ ਹੋਣ ਲੱਗਾ। ਜਿਉਂ ਜਿਉਂ ਮਹਿਸੂਸ ਹੋਇਆ ਕਿ ਇਹ ਸਾਰਾ ਸੰਸਾਰ ਇੱਕ ਪਰਮਾਤਮਾ ਦਾ ਬਣਾਇਆ ਹੋਇਆ ਅਤੇ ਉਸ ਦੁਆਰਾ ਹੀ ਓਪਰੇਟ ਹੋ ਰਿਹਾ, ਸਾਡਾ ਸਭ ਦਾ ਪਿਤਾ ਇੱਕ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਧ ਤੇਰੇ ਅਖੁੱਟ ਭੰਡਾਰਾ, ਇਹੋ ਜਿਹੇ ਵਾਰ ਵਾਰ ਜਦੋਂ ਗੁਰਬਾਣੀ ਨੇ ਮੈਸੇਜ ਦਿੱਤੇ, ਮਨ ਪ੍ਰਭਾਵਿਤ ਹੋਇਆ। ਫਿਰ ਜਿੱਥੇ ਵੀ ਇਸ ਸੰਸਾਰ ਦੇ ਵਿੱਚ ਬੇਬਸ ਅਤੇ ਲਾਚਾਰ ਪ੍ਰਾਣੀ ਮਿਲਦਾ ਸੀ ਤਾਂ ਉਹੀ ਸ਼ਬਦ ਸਾਹਮਣੇ ਆ ਜਾਂਦੇ ਸੀ ਕਿ ਇਹ ਤੇਰੇ ਪਿਤਾ ਦੀ ਔਲਾਦ ਹੈ, ਕਿਉਂਕਿ ਜੋ ਵੀ ਪਹਿਲਾਂ ਚਿਰਾਂ ਤੋਂ ਬਗਾਨੇ ਲੱਗਦੇ ਸੀ, ਜਿਉਂ ਜਿਉਂ ਗੁਰਬਾਣੀ ਨੂੰ ਵਿਚਾਰਿਆ ਤਿਉਂ ਤਿਉਂ ਉਹ ਆਪਣੇ ਲੱਗਣ ਲੱਗ ਗਏ, ਆਪਣੇ ਪਿਤਾ ਦੀ ਔਲਾਦ ਲੱਗਣ ਲੱਗ ਗਏ। ਇਸ ਪ੍ਰਭਾਵ ਨੇ ਹੀ
एक ऐसा मन दे विच स्ट्रोंग ख्याल बना दिता कि जिहड़े भी इंसान बेबस ते लाचार हो चुके हैं, जिन्हां नूं इलाज दे लई, संभाल दे लई, रिहैबिलिटेशन दे लई मौका नहीं मिलता, उन्हां प्रति मेरी ड्यूटी उन्नी ही बनती है जिनी मेरी चार जिया के परिवार प्रति। मतलब इस गल नूं महाराज ने बाणी द्वारा रियलाइज करा दिता कि तेरिया ड्यूटियां परिवार, जिस तरह तेरिया ड्यूटियां परिवार प्रति हैं, इस तरह ही इस संसार प्रति हैं, क्योंकि इस संसार का मालिक एक है, इसनों बनाने वाला एक परमात्मा है। फिर कोशिश करते रहे, बहुत धार्मिक सरकारी गैर सरकारी संस्थावां च गए, जदों फिर कोई लोड़ींदा ते ढुकमा ऐसा उपराला नहीं उस वेले इस तरीके नाल हो सकिया कि बिना शर्त किसी भी न्यासरे लाचार प्राणी की उत्थे दाखला करा के हैल्प हो सके, फिर अखीर ते परमात्मा का ओट आसरा था कि दो कमरे किराए दे लैके प्रभ आसरा लवारसा दे लई घर, जो हुण इस वेले कुराली ते खड़ हाईवे दे उत्ते डिस्ट्रिक्ट मोहाली दे विच चल रहा है, शुरू हो गया परमात्मा की कृपा नाल ते दयावान सज्जणां दे सहयोग दे नाल। इत्थे सैकड़े लोग दाखिल होए, लगभग 1100 लोग दाखिल होए, और जिहड़े कि थोड़ी जी मदद दे नाल ठीक हो के परमात्मा की कृपा नाल अपने वारसा नूं मिल गए। हुण भी मतलब बाहर इस वेले जिहड़े सज्जण आए हैं, जिन्हां दे कि सानूं कुछ दिन पहलां PGI तों एक अननोन पेशेंट साढ़े कोल दाखिल होया सी, थोड़ी जी कोशिश करन दे नाल ही जिथे उच्च इंप्रूवमेंट आई है उहदे वारस लभे हैं, अज उहनूं हैंडओवर कर रहे हैं। इस करके मतलब हुण फील हुंदा है कि ठीक है, जो गुरु महाराज ने सानूं सिद्धांत लिख के दिते हैं और प्रैक्टिकली गुरु साहब का इतिहास पढ़िए, उन्होंने जो भी जिस वे हालात बनते थे समाज के गुरु नानक पातशाह ने दुखियां नूं गल नाल लाया, सच का उपदेश दृढ़ करवाया, दुखियां नूं गल नाल लाया। गुरु अर्जन देव जी ने हरिमंदर साहब भी सारी गोलक चक के लाहौर के लै गए थे। जो गुरु साहब का इतिहास पढ़ते हैं, जो गुरु की बाणी में विचारते हैं, तो बार बार ये चीज़ सामने आती है कि गुरु साहब ने संसार के नाल परिवार नाल भी वध के रिश्ता बनाया, क्योंकि चेचक के रोगी जिस वे तड़फ रहे थे दिल्ली के, सारा उन्होंने अपना जीवन लगा दिता, वड्डे वड्डे यतीम घर बनाए, कोड़ियां लई वड्डे वड्डे तरन तरन साहब के घर बनाए, तो वड्डे वड्डे दवाखाने कीर्त प्रसाद बना के संसार के बेबस के लाचार की मदद की है। इन्हों गुरु के सिद्धांतों तो इतिहास तो प्रभावित होकर यह संस्था शुरू हुई है, जो उसकी कृपा न दयावान सिद्धांत सहयोग में चल रही है। तो आस है, परमात्मा अगे अरदास है कि हे मालिक, ऐसी बल बुद्धि समर्था बख्शो कि असी संसार के रल के हिंदुस्तान की धरती पर, भारत की धरती पर, अलग अलग जगह पर इहो जिहा घर बना सकीए जिथे भी एक न्यासरे ते लाचार प्राणी ठीक होने का मौका मिल सके, क्योंकि अज अपनी संभाल तो मथा इंसान लाचार रुल रुल के मर रहा है, सिर पर छत नहीं, भुखा प्यासा जिंदगी मौत की लड़ाई लड़ रहा है, किसी को दुखड़े सुनावे रोगों की भयंकर पीड़ा चल रहा है। अज गुरुआं पीरां की धरती पर इंसान कमजोर न्यास का रुल रुल के मर रहा है। सो मैं अखीर ते बेनती करदा, आओ सब मिल के बनाइए काफिला न्यारा, ता जो समाज में लाचार रोले ना दे सारा, नहीं तो दया का काल बढ़ता जा रहा है। गुरुआं पीरां ऋषियां मुनियां की धरती पर इंसान लाचार रुल रुल के मरता जा रहा है। भुल चुक दिखे माँ, वाहिगुरु जी का खालसा, वाहिगुरु जी की फतेह।